ਕਿ ਤੁਸੀਂ ਇੰਨੇ ਮਤਲਬ ਸਕੈਚਿਸ ਬਣਾਏ ਹੋਗੇ, ਤੁਹਾਨੂੰ ਇਸ ਚੀਜ਼ ਲਈ ਦਲੇਰ ਮਹਿੰਦੀ ਜੀ ਨੇ ਵੀ, ਕਨਵਰ ਗਰੇਵਾਲ ਜੀ ਨੇ ਵੀ ਤੁਹਾਨੂੰ ਇਨਵਾਈਟ ਕੀਤਾ ਸੀਗਾ ਆਪਣੇ ਫੰਕਸ਼ਨ ਦੇ ਵਿੱਚ, ਕਿ ਤੁਹਾਡੇ ਲਈ ਬਹੁਤ ਵੱਡੀ ਗੱਲ ਸੀਗੀ ਅਤੇ ਉਹਨਾਂ ਨੇ ਤੁਹਾਡੇ ਕੋਲ ਆਪਣਾ ਸਕੈਚ ਕੀਤਾ ਸੀਗਾ। ਅਤੇ ਇੱਕ ਹੋਰ ਗੱਲ ਕਿ ਤੁਸੀਂ ਕਪਿਲ ਦੇ ਸ਼ੋਅ ਦੇ ਵਿੱਚ ਜਾ ਕੇ ਵੀ ਉਹਨਾਂ ਦੇ ਸਕੈਚ ਉਹਨਾਂ ਨੂੰ ਹੈਂਡ ਓਵਰ ਕਰਕੇ ਆਏ ਸੀਗੇ, ਉਹ ਦੌਰਾਨ ਤੁਹਾਡਾ ਕਿਵੇਂ ਦਾ ਰਿਹਾ ਸੀ, ਮਤਲਬ ਕਪਿਲ ਦੇ ਸ਼ੋਅ ਦਾ ਐਕਸਪੀਰੀਅੰਸ ਤੁਹਾਡਾ ਕਿੱਦਾਂ ਰਿਹਾ ਸੀਗਾ ਉਸ ਟਾਈਮ 'ਤੇ? ਇੱਦਾਂ ਤਾਂ ਟਾਈਮ ਦੀ ਸ਼ੋਰਟੇਜ ਬਹੁਤ ਘੱਟ ਸੀ, ਠੀਕ ਆ, ਕਿਉਂਕਿ ਮੈਨੂੰ ਹੋਰ ਵੀ ਕਾਫੀ ਵਰਕ ਆਈ ਵੀ ਉਹਨਾਂ ਵਾਲੇ ਵੀ ਕੋਨਸਟਰੇਟ ਕਰਨ ਦਾ ਸੀ। ਅਤੇ ਜਦੋਂ ਮੈਂ ਸਕੈਚ ਬਣਾਇਆ ਅਤੇ ਆਪਣੀ ਸੋਸ਼ਲ ਮੀਡੀਆ 'ਤੇ ਪਾਇਆ ਤਾਂ ਜਿਹੜੇ ਕਪਿਲ ਦੇ ਸਪੋਰਟਰਸ ਹੈਗੇ ਆ, ਜਿਹੜੇ ਉਹਨਾਂ ਦੀ ਫੈਨ ਪੇਜ ਕਰ ਲਈਏ, ਫਿਰ ਉਹਨਾਂ ਨੂੰ ਮੈਂ ਟੈਗ ਕੀਤਾ ਅਤੇ ਉਹਨਾਂ ਵਿੱਚੋਂ ਕਪਿਲ ਭਾਈ ਦੇ ਜਿਹੜੇ ਕਲੋਜ਼ ਆ ਕੋਈ ਮੈਨੂੰ ਜਾਣੀ ਕਿ ਮੈਂਸ਼ਨ ਕਰਦਾ ਵੀ ਆਹ ਜਿਹੜੀ ਫੋਟੋ ਆ ਬਹੁਤ ਸੋਹਣੀ ਲੱਗੀ ਆ, ਠੀਕ ਆ, ਅਤੇ ਉਹਦੀ ਆਈ ਡੀ ਵਿੱਚ ਕਪਿਲ ਭਾਈ ਦੇਖਦੇ ਆ, ਜਦੋਂ ਕਪਿਲ ਭਾਈ ਦੇਖਦੇ ਤਾਂ ਸ਼ੇਅਰ ਕਰਦੇ ਆਪਣੇ ਇੰਸਟਾਗ੍ਰਾਮ 'ਤੇ, ਚਲੋ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਵੀ ਇੰਨੇ ਵੱਡੇ ਲੈਵਲ 'ਤੇ ਇੰਨਾ ਵੱਡਾ ਸਟਾਰ ਮੇਰੀ ਇੱਕ ਬਣਾਈ ਇੱਕ ਛੋਟੀ ਜਿਹੀ ਚੀਜ਼ ਆ ਸਕੈਚ ਆਪਣੀ ਆਈ ਡੀ 'ਤੇ ਪਾ ਰਿਹਾ। ਅਤੇ ਫਿਰ ਕੀ ਹੁੰਦਾ ਜੀ, ਉਹਨਾਂ ਦਾ ਇੱਕ ਜਿਹੜਾ ਉਹਨਾਂ ਦਾ ਮੈਨੇਜਰ ਆ ਆਪਣੇ ਮਨੀਕਰਨ ਭਾਜੀ ਉਹਨਾਂ ਦੇ ਮੈਨੇਜਰ ਆ, ਫਿਰ ਉਹਨਾਂ ਨਾਲ ਮੇਰਾ ਲਿੰਕ ਹੋਇਆ, ਫਿਰ ਉਹਨਾਂ ਨੂੰ ਮੈਂ ਕਿਹਾ ਸੀ ਵੀ ਭਾਜੀ ਅਗਰ ਪੋਸੀਬਲ ਹੈਗਾ ਤਾਂ ਦੱਸੋ, ਹੈ ਨਾ, ਕਹਿੰਦੇ ਅਫਕੋਰਸ ਹੋ ਸਕਦਾ ਆ। ਅਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਕਪਿਲ ਸ਼ਰਮਾ ਇੰਜੋਏ ਕੀਤਾ। ਅਤੇ ਜੇ ਮੈਂ ਗੱਲ ਕਰਾਂ, ਜੇ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜਾ ਕੇ ਉਹਨਾਂ ਨੂੰ ਸਕੈਚਿਸ ਦੇਖ ਕੇ ਆਏ ਸੀ, ਅਰਸ਼ਨਾ ਪੂਰਨ ਸਿੰਘ ਨੂੰ ਵੀ ਸਕੈਚ ਉਹਨਾਂ ਦਿੱਤਾ ਸੀ, ਹਾਂਜੀ ਹਾਂਜੀ, ਅਤੇ ਤੁਹਾਨੂੰ ਉਹਦਾ ਕੋਈ ਬੈਨੀਫਿਟ ਮਿਲਿਆ ਕਿ ਹਾਂ ਤੁਸੀਂ ਸਕੈਚ ਉਹਨਾਂ ਨੂੰ ਦੇਖ ਕੇ ਆਏ ਸੀਗੇ ਉਸ ਟਾਈਮ 'ਤੇ? ਨਹੀਂ, ਇਹ ਬੈਨੀਫਿਟ ਲੈਣ ਵਾਸਤੇ ਨਹੀਂ ਮੈਂ ਉੱਥੇ ਗਿਆ ਸੀ, ਇੱਕ ਦਿੱਲੀ ਤਮੰਨਾ ਸੀ, ਕਪਿਲ ਭਾਜੀ ਇੰਨਾ ਵਧੀਆ ਕੰਮ ਕਰਦੇ ਪਏ ਆ, ਲੋਕਾਂ ਨਾਲ ਸਾਰੇ ਆ, ਜਿਹੜਾ ਅੱਜ ਕੱਲ੍ਹ ਦਾ ਟਾਈਮ ਆ ਕਿਸੇ ਕੋਲ ਆਪਣੇ ਵਾਸਤੇ ਨਹੀਂ ਟਾਈਮ ਹੈਗਾ, ਠੀਕ ਆ, ਅਤੇ ਉਹ ਆਉਂਦੇ ਲੋਕਾਂ ਦੇ ਫੇਸ 'ਤੇ ਸਮਾਈਲ ਲਿਆਉਂਦੇ ਪਏ, ਇੱਕ ਬਹੁਤ ਵਧੀਆ ਉਪਰਾਲਾ ਆ, ਹੈ ਨਾ, ਕਰ ਰਹੇ ਹੋ, ਅਤੇ ਮੈਨੂੰ ਵੀ ਇਹ ਲੱਗਾ ਕਿ ਮੈਨੂੰ ਉਹ ਚੀਜ਼ ਉੱਥੇ ਆਪਣੇ ਵੱਲੋਂ ਜੋ ਵੀ ਮੈਂ ਕਰ ਸਕਦਾ ਮੈਨੂੰ ਗਿਫਟ ਦੇਣਾ ਚਾਹੀਦਾ ਆ, ਅਤੇ ਮੈਂ ਇਸ ਪਰਪਜ਼ ਵਾਸਤੇ ਬਣਾਇਆ ਸੀ। ਮੈਂ ਇਹ ਹੁਣ ਜੋ ਵੀ ਅੱਜ ਕੱਲ੍ਹ ਜਿਹੜੀ ਫੋਟੋਜ਼ ਬਣਾਉਂਦਾ ਮੈਂ ਕਿਸੇ ਫੇਮ ਵਾਸਤੇ ਬਣਾਉਂਦਾ, ਸਿਰਫ ਮੈਂ ਆਪਣੇ ਵਾਸਤੇ ਬਣਾਉਂਦਾ, ਕਿਸੇ ਨੂੰ ਪਸੰਦ ਆਵੇ ਲਾਈਕ ਕਰ ਦੇਵੇ, ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਆ। ਓਕੇ, ਅਤੇ ਇਸੇ ਕਰਕੇ ਮੈਂ ਉਹਨਾਂ ਦਾ ਸਕੈਚ ਬਣਾਇਆ ਅਤੇ ਇੱਕ ਦਿਲੀ ਤਮੰਨਾ ਸੀ ਮੈਂ ਗਿਫਟ ਕਰ ਸਕਾਂ, ਕਿਉਂਕਿ ਇੰਨਾ ਵਧੀਆ ਕੰਮ ਕਰਦੇ ਪਏ ਆ ਜੀ, ਅਤੇ ਉਹ ਇੱਕ ਡ੍ਰੀਮ ਸੋਚਿਆ ਸੀ, ਉਹ ਮੇਰੀ ਕਲਾ ਦੇ ਨਾਲ ਹੀ ਉਹ ਚੀਜ਼ ਜਿਹੜੀ ਮੈਂ ਚੀਜ਼ ਪਾਉਣਾ ਚਾਹੁੰਦਾ ਉਹ ਮਿਲ ਗਈ ਮੈਨੂੰ। ਜੀ ਜੀ ਜੀ, ਤੇ ਜਦੋਂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਤੁਸੀਂ ਗਏ ਸੀ, ਉਦੋਂ ਤੁਸੀਂ ਉੱਥੇ ਜਾ ਕੇ ਕੀ ਆਬਜ਼ਰਵ ਕੀਤਾ ਉਹਦੇ ਸ਼ੋਅ ਦਾ, ਮਤਲਬ ਜੋ ਵੀ ਉਹਨਾਂ ਦਾ ਪੈਟਰਨ ਵਗੈਰਾ ਰਹਿੰਦਾ ਹੈਗਾ? ਕਾਫੀ ਇੰਜੋਏ ਕੀਤਾ ਉੱਥੇ ਭਾਜੀ, ਨਿੱਕੀ ਨਿੱਕੀ ਗੱਲ 'ਤੇ ਉਹਨਾਂ ਕੋਲ ਇੰਨਾ ਕ੍ਰੀਏਟਿਵ ਮਾਇੰਡ ਹੈਗਾ ਆ, ਕੋਈ ਵੀ ਉਹਨਾਂ ਨੂੰ ਇੱਦਾਂ ਦੀ ਕੋਈ ਗੱਲ ਲੱਗਦੀ ਨਾਲ ਹੀ ਉਹ ਹਾਸੇ ਵਿੱਚ ਕਨਵਰਟ ਕਰ ਦਿੰਦੇ। ਓਕੇ, ਤੇ ਸਾਰਾ ਟਾਈਮ ਉਹ ਸ਼ੋਅ 'ਤੇ ਰਹੇ, ਕਾਫੀ ਵਧੀਆ ਲੱਗਾ ਜੀ। ਅਤੇ ਜੇ ਮੈਂ ਗੱਲ ਕਰਾਂ ਹੁਣ ਕਿ ਤੁਹਾਨੂੰ ਕਪਿਲ ਦੇ ਸ਼ੋਅ ਤੋਂ ਇਲਾਵਾ ਇੱਕ ਚੰਡੀਗੜ੍ਹ ਤੋਂ ਮਿਨਿਸਟਰ ਨੇ ਵੀ ਤੁਹਾਨੂੰ ਕਾਲ ਕੀਤਾ ਸੀਗਾ। ਹਾਂਜੀ, ਉਹਨਾਂ ਨੂੰ ਮੇਰਾ ਨਾ ਇੱਕ ਹੰਸ ਰਾਜ ਜੀ ਦਾ ਸਕੈਚ ਬਣਾਇਆ ਸੀ, ਉਹ ਇੱਦਾਂ ਦਾ ਪਹਿਲਾ ਸਕੈਚ ਆ ਮੇਰਾ ਹੁਣ ਤੱਕ ਦਾ ਵੀ ਜਿਹਨੂੰ 3 ਮੰਥ ਤੋਂ ਜ਼ਿਆਦਾ ਟਾਈਮ ਲੱਗ ਗਿਆ ਸੀ, ਕਿਉਂਕਿ ਉਹ ਉਹਨਾਂ ਦਾ ਜਿਹੜੀ ਇੱਕ ਫੋਟੋ ਸੀ ਨਾ HD, ਉਹਦੀ ਡਿਟੇਲਿੰਗ ਬਹੁਤ ਜ਼ਿਆਦਾ ਸੀ, ਅਤੇ ਉਹਨੂੰ ਹੈ ਨਾ ਮੈਂ ਇੱਕ ਚੈਲੇਂਜਿੰਗ ਤੌਰ 'ਤੇ ਮੈਂ ਉਹ ਚੀਜ਼ ਬਣਾਉਣਾ ਚਾਹੁੰਦਾ, ਕਿਉਂਕਿ ਜਦੋਂ ਮੈਂ ਉਹ ਚੀਜ਼ ਪਹਿਲਾਂ 2-3 ਵਾਰ ਜੀ ਟਰਾਈ ਕੀਤੀ, ਮੈਨੂੰ ਉਹਨਾਂ ਦੀ ਫੋਟੋ ਪਾਰ ਨਹੀਂ ਪਈ ਸੀ, ਕਿਉਂਕਿ ਮੰਨ ਕੇ ਚਲੋ ਆਪਾਂ ਫੇਸ ਤੋਂ ਟਰਾਈ ਕਰਦੇ, ਨੋਜ਼ ਜਾਂ ਆਈਜ਼ ਤੋਂ ਟਰਾਈ ਕਰਦੇ, ਉਹ ਚਲੋ ਬੈਟਰ ਬਣ ਜਾਂਦਾ, ਫਿਰ ਜਦੋਂ ਸਕਿਨ ਟੋਨ ਵਿੱਚ ਜਾਂਦੇ ਹਾਂ ਉਹ ਚੀਜ਼ ਕਿਸੇ ਵੇਲੇ ਪ੍ਰੋਪਰ ਨਹੀਂ ਬਣਦੀ, ਹੈ ਨਾ, ਫਿਰ ਬੰਦੇ ਨੂੰ ਲੱਗਦਾ ਵੀ ਨਹੀਂ ਯਾਰ ਇਹ ਤਾਂ ਪੋਸੀਬਲ ਨਹੀਂ ਹੈ, ਚਲੋ ਪਾੜ ਦਿਓ। ਪਹਿਲਾਂ ਜਿਹੜੀ ਆਰਟ ਜਿਹੜੀ ਆਪਣੇ ਹੈਗੇ ਸਕੈਚਿਸ ਪਾੜਨ ਦੀ ਉਹ ਟ੍ਰੈਂਡ ਮੇਰਾ ਚੱਲਦਾ ਹੁੰਦਾ, ਜਿੱਦਾਂ ਦੇ ਵਿੱਚ ਪਾੜ ਦਿਓ, ਹੈ ਨਾ। ਅਤੇ ਫਿਰ ਕੀ ਹੋਇਆ ਜੀ, 2019 ਦੀ ਗੱਲ ਹੀ ਆ, ਅਤੇ ਉਦੋਂ ਫਿਰ ਮੈਂ ਸਟਾਰਟ ਕੀਤਾ ਉਹਨਾਂ ਦਾ ਸਕੈਚ ਬਣਾਉਣਾ, ਅਤੇ ਕਾਫੀ ਵਧੀਆ ਬਣਿਆ, ਅਤੇ ਉਹਨਾਂ ਨੇ ਸ਼ੇਅਰ ਵੀ ਕੀਤਾ ਸੀ ਹੰਸਰਾਜ ਜੀ ਨੇ ਵੀ, ਅਤੇ ਮੈਨੂੰ ਉਹਨਾਂ ਨੇ ਕਿਸੇ ਦੇ ਥਰੂ ਦੱਸਿਆ ਵੀ ਸੀ, ਹੈ ਨਾ, ਵੀ ਮੈਂ ਇਸ ਬੰਦੇ ਨੂੰ ਮਿਲਣਾ ਚਾਹੁੰਦਾ। ਫਿਰ ਉਹਨਾਂ ਨੂੰ ਨਕੁਦਰ ਬਾਬਾ ਲਾਲ ਬਾਪੂ ਲਾਲ ਬਾਸ਼ੀ ਦਾ ਮੇਲਾ ਹੁੰਦਾ ਆ, ਫਿਰ ਉੱਥੇ ਉਹਨਾਂ ਨੂੰ ਗਿਫਟ ਕੀਤਾ ਸੀ, ਨਾਲ ਦਲੇਰ ਮਹਿੰਦੀ ਜੀ ਵੀ ਉੱਥੇ ਮੌਜੂਦ ਸੀ, ਉਹਨਾਂ ਨੂੰ ਵੀ ਕੀਤਾ, ਅਤੇ ਆਪਣੇ ਹੰਸਰਾਜ ਹੰਸਰ ਨੂੰ ਵੀ। ਅਤੇ ਉਹਨਾਂ ਨੇ ਜਿਹੜਾ ਸਕੈਚ ਆ ਉਹ ਆਪਣੇ ਦਰਬਾਰ 'ਤੇ ਰੱਖਿਆ ਸੀ ਜੀ, ਅਤੇ ਉੱਥੇ ਉਹਨਾਂ ਨੂੰ ਜਿਹੜੇ ਮਿਨਿਸਟਰ, ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ, ਅਤੇ ਉਹ ਉਹਨਾਂ ਨੂੰ ਮਿਲਣਾ ਹੈ, ਅਤੇ ਉਹਨਾਂ ਨੇ ਸਕੈਚ ਦੇਖਿਆ ਹੋਣਾ, ਅਤੇ ਉਹ ਕਹਿੰਦੇ ਵੀ ਮੈਂ ਇਸ ਬੱਚੇ ਨੂੰ ਮਿਲਣਾ ਚਾਹੁੰਦਾ ਹਾਂ, ਅਤੇ ਉਹਨਾਂ ਨੇ ਚੰਡੀਗੜ੍ਹ ਬੁਲਾਇਆ ਸੀ ਮੈਨੂੰ। ਓਕੇ।